ਦੀਵਾਲੀ ਦਾ ਤਿਉਹਾਰ ਆਉਂਦੇ ਹੀ ਸਰਕਾਰੀ ਅਫਸਰਾਂ ਦੇ ਘਰਾਂ 'ਚ ਤੋਹਫ਼ਿਆਂ ਦੀ ਬਰਸਾਤ ਹੋਣ ਲੱਗ ਜਾਂਦੀ ਆ। ਭਾਵ ਕਈ ਸਰਕਾਰੀ ਮੁਲਾਜ਼ਮ ਜਾਂ ਹੋਰ ਉੱਚ ਅਧਿਕਾਰੀ ਇੱਕ ਦੂਜੇ ਦੇ ਘਰ ਮਹਿੰਗੇ ਮਹਿੰਗੇ ਤੋਹਫ਼ੇ ਲੈ ਕੇ ਪਹੁੰਚ ਜਾਂਦੇ ਨੇ, ਜੋ ਕਿ ਪਿਛਲੇ ਕਈ ਸਾਲਾਂ ਤੋਂ ਇੱਕ ਰੀਤ ਵਾਂਗ ਹੀ ਚੱਲਦਾ ਆਉਂਦਾ, ਜਦਕਿ ਇਹ ਕੋਈ ਦਫ਼ਤਰੀ ਕੰਮ ਦਾ ਹਿੱਸਾ ਨਹੀਂ। ਅਜਿਹੇ ਵਿੱਚ ਫਿਰੋਜ਼ਪੁਰ ਦੇ DC ਚੰਦਰ ਗੇਂਦ ਨੇ ਕੁਝ ਅਜਿਹਾ ਕੀਤਾ ਕਿ ਉਹਨਾਂ ਦੇ ਘਰ ਹੁਣ ਕੋਈ ਅਧਿਕਾਰੀ ਜਾਂ ਮੁਲਾਜ਼ਮ ਜਾਂ ਕੋਈ ਆਉਣ ਜਾਣ ਵਾਲਾ ਤੋਹਫ਼ੇ ਲੈ ਕੇ ਨਹੀਂ ਜਾਵੇਗਾ। ਉਹਨਾਂ ਨੇ ਕੀਤਾ ਇਹ ਕਿ ਉਹਨਾਂ ਨੇ ਆਪਣੇ ਘਰ ਦੇ ਗੇਟ 'ਤੇ ਇੱਕ ਕਾਗਜ਼ ਚਿਪਕਾ ਦਿੱਤਾ ਜਿਸ ਉੱਤੇ ਅੰਗਰੇਜ਼ੀ ਵਿੱਚ ਲਿਖਿਆ ਕਿ ਕੋਈ ਵੀ ਤੋਹਫ਼ੇ ਲੈ ਕੇ ਨਾ ਆਵੇ, ਮੈਨੂੰ ਸਿਰਫ਼ ਤੁਹਾਡੀਆਂ ਸ਼ੁਭਕਾਮਨਾਵਾਂ ਦੀ ਜ਼ਰੂਰਤ ਹੈ, ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ। ਦੱਸ ਦਈਏ ਕਿ ਇਹ ਸਭ ਕੁਝ ਅੰਗਰੇਜ਼ੀ 'ਚ ਲਿਖ ਕੇ DC ਨੇ ਆਪਣੇ ਗੇਟ 'ਤੇ ਚਿਪਕਾ ਦਿੱਤਾ, ਜਿਸ ਦੀ ਕਿ ਲੋਕਾਂ ਵੱਲੋਂ ਸ਼ਲਾਘਾ ਵੀ ਕੀਤੀ ਜਾ ਰਹੀ ਆ। ਉਹਨਾਂ ਦਾ ਘਰ ਬਾਰਡਰ ਰੋਡ 'ਤੇ ਸਥਿਤ ਹੈ। ਚੰਦਰਗੇਤ ਦਾ ਕਹਿਣਾ ਹੈ ਕਿ ਦਫ਼ਤਰ ਵਿੱਚ ਕੰਮ ਕਰਨਾ ਸਾਡੀ ਡਿਊਟੀ ਆ ਅਤੇ ਇਸ ਨੂੰ ਅਸੀਂ ਇਮਾਨਦਾਰੀ ਨਾਲ ਕਰਦੇ ਹਾਂ। ਉਹਨਾਂ ਕਿਹਾ ਕਿ ਸਾਨੂੰ ਕਿਸੇ ਨੂੰ ਵੀ ਜਨਤਾ ਕੋਲੋਂ ਜਾਂ ਕਿਸੇ ਹੋਰ ਕੋਲੋਂ ਵੀ ਤੋਹਫ਼ੇ ਕਬੂਲਣੇ ਨਹੀਂ ਚਾਹੀਦੇ ਅਤੇ ਅਜਿਹੇ ਬੰਧਨਾਂ 'ਚ ਨਹੀਂ ਬੰਦ ਹੋਣਾ ਚਾਹੀਦਾ ਜੋ ਸਾਡੀ ਡਿਊਟੀ ਦੇ ਰਾਹ 'ਚ ਅੱਗੇ ਚੱਲ ਕੇ ਰੋੜਾ ਬਣ ਸਕਣ। ਉਹਨਾਂ ਕਿਹਾ ਕਿ ਸਾਰੇ ਮੁਲਾਜ਼ਮਾਂ ਨੂੰ ਇਹ ਇੱਕ ਨਿਸ਼ਚਾ ਕਰ ਲੈਣਾ ਚਾਹੀਦਾ ਕਿ ਦੀਵਾਲੀ ਦੇ ਤਿਉਹਾਰ 'ਤੇ ਕੋਈ ਵੀ ਤੋਹਫ਼ਾ ਕਿਸੇ ਵੀ ਆਉਣ ਜਾਣ ਵਾਲੇ ਕੋਲੋਂ ਕਬੂਲ ਲਿਆ ਨਾ ਜਾਵੇ ਅਤੇ ਇਸ ਨੂੰ ਇੱਕ ਅਸੂਲ ਬਣਾ ਕੇ ਅੱਗੇ ਵਧਣਾ ਚਾਹੀਦਾ। ਬਿਊਰੋ ਰਿਪੋਰਟ, ਸਪੋਕਸਮੈਨ TV।